ਅਮਰੀਕਾ ਦੇ ਸਰਕਾਰੀ ਦੌਰੇ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਈਟ ਹਾਊਸ 'ਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੀ ਪਤਨੀ ਜਿਲ ਬਾਈਡਨ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਵਿਸ਼ੇਸ਼ ਤੋਹਫੇ ਦਿੱਤੇ। ਪ੍ਰਧਾਨ ਮੰਤਰੀ ਨੇ ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਇੱਕ ਵਿਸ਼ੇਸ਼ ਚੰਦਨ ਦਾ ਡੱਬਾ ਭੇਂਟ ਕੀਤਾ, ਉੱਥੇ ਨਾਲ ਹੀ ਅਮਰੀਕਾ ਦੀ ਫਰਸਟ ਲੇਡੀ ਜਿਲ ਬਾਈਡਨ ਨੂੰ 7.5 ਕੈਰੇਟ ਦਾ ਇੱਕ ਗ੍ਰੀਨ ਡਾਇਮੰਡ ਤੋਹਫੇ ਵਜੋਂ ਦਿੱਤਾ। ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਗਏ ਤੋਹਫਿਆਂ 'ਚ ਭਾਰਤੀ ਸੰਸਕ੍ਰਿਤੀ ਦੀ ਚਲਕ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਦੀ ਵਿਭਿੰਨਤਾ ਦੇਖਣ ਨੂੰ ਮਿਲਦੀ ਹੈ। ਪ੍ਰਿਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਰਿੰਦਰ ਮੋਦੀ ਨੂੰ ਇੱਕ ਵਿਸ਼ੇਸ਼ ਚੰਦਨ ਦਾ ਡੱਬਾ ਭੇਟ ਕੀਤਾ। ਇਸ ਡੱਬੇ ਨੂੰ ਜੈਪੁਰ ਦੇ ਸ਼ਿਲਪਕਾਰਾਂ ਵੱਲੋਂ ਹੱਥ ਨਾਲ ਬਣਾਇਆ ਗਿਆ ਹੈ। ਇਸ ਤੇ ਮੈਸੂਰ ਤੋਂ ਪ੍ਰਾਪਤ ਚੰਦਨ ਤੇ ਨਕਾਸ਼ੀਦਾਰ ਬਨਸਪਤੀਆਂ ਅਤੇ ਜੀਵਾਂ ਦੇ ਪੈਟਰਨ ਬਣਾਏ ਗਏ ਨੇ। ਇਸ ਡੱਬੇ ਵਿੱਚ ਚਾਂਦੀ ਨਾਲ ਬਣੀ ਭਗਵਾਨ ਗਣੇਸ਼ ਦੀ ਇੱਕ ਮੂਰਤੀ ਹੈ। ਇਸ ਨੂੰ ਕਲਕੱਤਾ ਦੀ 5ਵੀਂ ਪੀੜੀ ਦੇ ਚਾਂਦੀ ਦੇ ਕਾਰੀਗਰਾਂ ਦੇ ਇੱਕ ਪਰਿਵਾਰ ਨੇ ਹੱਥਾਂ ਨਾਲ ਬਣਾਇਆ ਹੈ ਨਾਲ ਹੀ ਚੰਦਨ ਦੇ ਵਿਸ਼ੇਸ਼ ਡੱਬੇ ਵਿੱਚ ਇੱਕ ਚਾਂਦੀ ਦਾ ਦੀਵਾ ਵੀ ਹੈ ਇਸ ਚਾਂਦੀ ਦੇ ਦੀਵੇ ਨੂੰ ਵੀ ਕਲਕੱਤਾ ਦੇ 5ਵੀਂ ਪੀੜੀ ਦੇ ਚਾਂਦੀ ਕਾਰੀਗਰਾਂ ਦੇ ਪਰਿਵਾਰ ਵੱਲੋਂ ਹੱਥਾਂ ਨਾਲ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਇਸ ਡੱਬੇ ਵਿੱਚ 10 ਚਾਂਦੀ ਦੀਆਂ ਡੱਬੀਆਂ ਨੇ ਜੋ ਕਿ ਭਾਰਤੀ ਸੱਭਿਆਚਾਰ ਦੇ ਅਨੁરૂਪ 10 ਵਿਸ਼ੇਸ਼ ਦਾਨ ਨੂੰ ਦਰਸਾਉਂਦੇ ਨੇ ਭਾਰਤੀ ਸੱਭਿਆਚਾਰ ਦੇ 10 ਦਾਨਾਂ ਵਿੱਚ ਗਊਦਾਨ, ਭੂਮੀਦਾਨ, ਤਿਲਦਾਨ, ਹਿਰਣਿਆਂਦਾਨ, ਦ੍ਰੋਪੇਦਾਨ, ਲੂਣਦਾਨ, ਅਜੇਦਾਨ, ਵਸਤਰਦਾਨ, ਗੁਰਦਾਨ ਅਤੇ ਤਾਨਦਾਨ ਸ਼ਾਮਲ ਨੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਸ਼ਟਰਪਤੀ ਜੋ ਬਾਈਡਨ ਨੂੰ ਦਿੱਤੇ ਗਏ ਬਕਸੇ ਵਿੱਚ 10 ਦਾਨ ਨਿਰਾਸ਼ੀਆਂ ਦੇ ਰੂਪ ਗਊਦਾਨ ਲਈ ਗਾਂ ਦੀ ਜਗ੍ਹਾ ਚਾਂਦੀ ਦਾ ਨਾਰੀਅਲ ਹੈ ਜਿਸ ਨੂੰ ਪੱਛਮੀ ਬੰਗਾਲ ਦੇ ਕੁਸ਼ਲ ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਪੂਰਨ ਲਈ ਪੋਮਮੀ ਦਿੱਤਾ ਤੇ ਮੈਸੂਰ ਕਰਨਾਟਕ ਤੋਂ ਲਿਆਂਦਾ ਗਿਆ ਚੰਦਨ ਦਾ ਖੁਸ਼ਬੂਦਾਰ ਟੁਕੜਾਏ ਤਿਲਦਾਨ ਲਈ ਤਾਮਿਲਨਾਡੂ ਤੋਂ ਲਿਆਂਦੇ ਗਏ ਸਫੇਦ ਤਿਲ ਦੇ ਬੀਜ ਨੇ ਹਿਰੜਿਆਂਦਾਨ ਯਾਨੀ ਸੋਨੇ ਦੇ ਦਾਨ ਰੂਪ ਵਿੱਚ ਰਾਜਸਥਾਨ ਤੋਂ ਹੱਥਾਂ ਨਾਲ ਨਿਰਮਿਤ ਸੋਨੇ ਦੇ ਕੈਰਟ ਦਾ ਸ਼ੁੱਧ ਹਾਲਮਾਰਕ ਸੋਨੇ ਦਾ ਸਿੱਕਾਏ ਦ੍ਰੋਪਿਆਦਾਨ ਯਾਨੀ ਚਾਂਦੀ ਦੇ ਦਾਨ ਰੂਪ ਵਿੱਚ ਰਾਜਸਥਾਨ ਵਿੱਚ ਹੱਥ ਨਿਰਮਿਤ 99.5 ਫੀਸਦੀ ਸ਼ੁੱਧ ਅਤੇ ਹਾਲਮਾਰਕ ਵਾਲਾ ਚਾਂਦੀ ਦਾ ਸਿੱਕਾਏ ਲਵਨਦਾਨ ਯਾਨੀ ਨਮਕ ਦੇ ਦਾਨ ਦੇ ਰੂਪ ਵਿੱਚ ਗੁਜਰਾਤ ਦਾ ਨਮਕ ਦਿੱਤਾ ਗਿਆ ਹੈ ਅਜਦਾਨ ਯਾਨੀ ਘਿਓ ਦਾਣ ਦੇ ਲਈ ਪੰਜਾਬ ਵਿੱਚ ਤਿਆਰ ਕੀਤਾ ਗਿਆ ਗਾਂ ਦਾ ਘਿਓ ਹੈ ਵਸਤਰਦਾਨ ਯਾਨੀ ਕਪੜੇ ਦੇ ਦਾਨ ਲਈ ਝਾਰਖੰਡ ਵਿੱਚ ਹੱਥ ਨਾਲ ਬੁਣਿਆ ਗਿਆ ਰੇਸ਼ਮ ਦਾ ਕੱਪੜਾ ਹੈ ਗੁਰਦਾਨ ਲਈ ਮਹਾਰਾਸ਼ਟਰ ਵਿੱਚ ਤਿਆਰ ਕੀਤਾ ਗਿਆ ਗੁੜ ਦਿੱਤਾ ਗਿਆ ਹੈ ਧਾਨਦਾਨ ਯਾਨੀ ਅਨਾਜ ਦੇ ਦਾਨ ਲਈ ਉੱਤਰਾਖੰਡ ਦੇ ਲੰਬੇ ਦਾਣੇ ਵਾਲੇ ਚਾਵਲ ਸ਼ਾਮਲ ਨੇ ਵਿਸ਼ੇਸ਼ ਚੰਦਨ ਦੇ ਡੱਬੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਇੱਕ ਕਿਤਾਬ 'ਦ ਟਰਨ ਪ੍ਰਿੰਸੀਪਲ ਉਪਨਿਸ਼ਦ ਦੇ ਪੈਲੇਸ ਸੰਸਕਰਣ ਦੀ ਇੱਕ ਕਾਪੀ ਵੀ ਤੋਹਫੇ ਵਜੋਂ ਦਿੱਤੀ ਜਿਸ ਨੂੰ ਲੰਡਨ ਦੇ ਫੈਬਰਨ ਅਤੇ ਫੈਬਰ ਲਿਮਿਟਿਡ ਨੇ ਪਬਲਿਸ਼ ਕੀਤਾ ਹੈ ਅਤੇ ਦ ਯੂਨੀਵਰਸਿਟੀ ਪ੍ਰੈਸ ਗਲਾਸਕੋ ਵੱਲੋਂ ਪ੍ਰਿੰਟ ਕੀਤਾ ਗਿਆ ਹੈ। ਇਹ ਕਿਤਾਬ ਸਾਲ 1937 ਵਿੱਚ ਡਬਲਿਊ ਬੀ ਜੇਟਸ ਅਤੇ ਸ਼੍ਰੀ ਪ੍ਰੋਹਿਤ ਸਵਾਮੀ ਵੱਲੋਂ ਕੀਤਾ ਗਿਆ ਭਾਰਤੀ ਉਪਨਿਸ਼ਦਾਂ ਦਾ ਅੰਗਰੇਜ਼ੀ ਅਨੁਵਾਦ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਫਰਸਟ ਲੇਡੀ ਡਾਕਟਰ ਜਿਲ ਬਾਈਡਨ ਨੂੰ ਵੀ ਵਿਸ਼ੇਸ਼ ਤੋਹਫ਼ੇ ਦਿੱਤੇ। ਇਹਨਾਂ ਵਿਸ਼ੇਸ਼ ਤੋਹਫ਼ਿਆਂ ਵਿੱਚ ਖਾਸ ਤੌਰ ਤੇ ਭਾਰਤੀ ਲਾਭ ਵਿੱਚ ਤਿਆਰ ਕੀਤਾ ਗਿਆ 7.5 ਕੈਰਟ ਦਾ ਗ੍ਰੀਨ ਡਾਇਮੰਡ ਸ਼ਾਮਲ ਹੈ। ਇਸ ਗ੍ਰੀਨ ਡਾਇਮੰਡ ਨੂੰ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਬੜੀ ਸਟੀਕਤਾ ਨਾਲ ਤਰਾਸ਼ਿਆ ਗਿਆ ਹੈ। ਜਿਲ ਬਾਈਡਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪੇਪਰ ਮੈਸ਼ੀ ਵੀ ਤੋਹਫ਼ੇ ਵਜੋਂ ਦਿੱਤਾ ਹੈ ਜਿਹੜਾ ਇੱਕ ਛੋਟਾ ਡੱਬਾ ਹੈ ਜਿਸ ਵਿੱਚ ਇਸ ਗ੍ਰੀਨ ਡਾਇਮੰਡ ਨੂੰ ਰੱਖਿਆ ਜਾਂਦਾ ਹੈ। ਜਾਣਕਾਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੀ ਇਹ ਅਮਰੀਕਾ ਯਾਤਰਾ ਕਈ ਮਾਇਨੇ ਵਿੱਚ ਖਾਸ ਹੈ ਪ੍ਰਧਾਨ ਮੰਤਰੀ ਮੋਦੀ ਵੱਲੋਂ 7.5 ਕਰੋੜ ਦਾ ਗ੍ਰੀਨ ਡਾਇਮੰਡ ਗੁਜਰਾਤ ਦਾ ਨਮਕ ਪੰਜਾਬ ਦਾ ਘਿਓ ਅਤੇ ਮਹਾਰਾਸ਼ਟਰ ਦਾ ਗੁੜ ਤੋਫੇ ਵਜੋਂ ਦਿੱਤੇ ਜਾਣਾ ਇੱਕ ਸੌਫਟ ਕੂਟਨੀਤੀ ਦਾ ਪ੍ਰਤੀਕ ਹੈ